ਹਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਕੀ ਅਪਡੇਟ ਹੈ ਜੀ ਲੇਟੈਸਟ ਦੇਖੋ ਇਸ ਵੇਲੇ ਬੜੀ ਇੰਟਰਸਟਿੰਗ ਪੋਜੀਸ਼ਨ ਹੈ ਹੁਣ ਸਾਊਥ ਕੋਰੀਆ ਨੇ ਲਗਭਗ ਅਪਸੈਟ ਕਰ ਦਿੱਤਾ ਪੋਰਚੁਗਲ ਨੂੰ ਇੱਕ ਗੋਲ ਕਰਕੇ ਐਕਸਟਰਾ ਮਿੰਟ ਵਿੱਚ 2-1 ਤੇ ਲੀਡ ਕਰ ਰਿਹਾ ਕੋਰੀਆ ਔਰ ਬਸ ਕੁਛ ਪੜ ਰਿਹਾ ਕਿ ਸ਼ਾਇਦ ਮੈਚ ਖਤਮ ਹੋ ਗਿਆ ਕੋਰੀਆ ਨੇ ਪੋਰਚੁਗਲ ਨੂੰ 2-1 ਤੇ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਹੈ ਉਹਦੇ ਨਾਲ ਇਹ ਹੈ ਕਿ ਹੁਣ ਕੋਰੀਆ ਦਾ ਚਾਂਸ ਬਣਦਾ ਹੈ ਕੁਆਲੀਫਾਈ ਕਰਨ ਦਾ ਯੂਰੋਗਵੇ ਦਾ ਜਿਹੜਾ ਮੈਚ ਚੱਲ ਰਿਹਾ ਗਾਨਾ ਨਾਲ ਜੇ ਯੂਰੋਗਵੇ ਜਿੱਤਦਾ ਔਰ ਕੋਰੀਆ ਹੁਣ ਗੋਲ ਡਿਫਰੈਂਸ ਤੇ ਡਿਸਾਈਡ ਹੋਏਗਾ ਕਿ ਪੁਰਚੁਗਾਲ ਤੋਂ ਬਿਨਾਂ ਬੇਸ਼ੱਕ ਪੁਰਚੁਗਾਲ ਮੈਚ ਹਾਰ ਗਿਆ ਹੁਣ 2-1 ਤੇ ਪਰ ਪੁਰਚੁਗਾਲ ਤਾਂ ਆਲਰੇਡੀ ਕੁਆਲੀਫਾਈ ਕਰ ਚੁੱਕਿਆ ਹੁਣ ਸੈਕਿੰਡ ਟੀਮ ਇਸ ਪੂਲ ਚੋਂ ਗਰੁੱਪ ਐਚ ਵਿੱਚੋਂ ਕਿਹੜੀ ਜਾਏਗੀ ਉਹ ਕੋਰੀਆ ਜਾਂਦੀ ਹੈ ਜਾਂ ਯੂਰੋਗਵੇ ਜਾਂਦਾ ਇਹ ਹੁਣ ਫੈਸਲਾ ਗੋਲ ਡਿਫਰੈਂਸ ਤੇ ਹੋਏਗਾ ਯੂਰੋਗਵੇ ਦਾ ਮੈਚ ਵੀ ਖਤਮ ਹੋਣ ਵਾਲਾ ਲਗਭਗ ਯੂਰੋਗਵੇ ਇਸ ਵੇਲੇ ਕਾਨਾ ਨੂੰ 2-0 ਤੇ ਲੀਡ ਕਰ ਰਿਹਾ ਹੈ ਤੇ ਜੇ ਗੋਲ ਡਿਫਰੈਂਸ ਤੇ ਤਾਂ ਚਾਂਸ ਲੱਗਦਾ ਹੈ ਕਿ ਯੂਰੋਗਵੇ ਅੱਗੇ ਜਾਏਗਾ ਕਿਉਂਕਿ ਕੋਰੀਆ ਦਾ ਜਿਹੜਾ ਗੋਲ ਡਿਫਰੈਂਸ ਇਸ ਵੇਲੇ 1 ਦਾ ਆਏਗਾ ਔਰ ਯੂਰੋਗਵੇ ਦਾ 2 ਦਾ ਡਿਫਰੈਂਸ ਆਏਗਾ ਸੋ ਹੁਣ ਸਾਰਾ ਗੋਲ ਡਿਫਰੈਂਸ ਡਿਸਾਈਡ ਹੋਏਗਾ ਕਿ ਪੁਰਚੁਗਲ ਦੇ ਨਾਲ ਦੂਜੀ ਟੀਮ ਇਸ ਪੂਲ ਵਿੱਚੋਂ ਕਿਹੜੀ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਜਿਹੜੀ ਹੋਏਗੀ 15ਵੀਂ ਟੀਮ ਡਿਸਾਈਡ ਹੋ ਜਾਵੇਗੀ ਕਿ 15ਵੀਂ ਟੀਮ ਕਿਹੜੀ ਹੈ ਇਸ ਟੂਰਨਾਮੈਂਟ ਦੇ ਅੱਗੇ ਲਾਸਟ 16 ਰਾਉਂਡ ਜਾਂਦੀ ਹੈ ਸਿਰਫ ਇੱਕ ਟੀਮ ਦਾ ਫੈਸਲਾ ਆ ਜਾਏਗਾ ਉਹ ਜਿਹੜੇ ਸ਼ਾਮ ਨੂੰ 2 ਮੈਚ ਹੋਣੇ ਨੇ ਉਹਨਾਂ ਵਿੱਚੋਂ ਇੱਕ ਟੀਮ ਬ੍ਰਾਜ਼ੀਲ ਤਾਂ ਕੁਆਲੀਫਾਈ ਕਰ ਚੁੱਕਿਆ ਆਲਰੇਡੀ ਸੋ ਦੂਜੀ ਟੀਮ ਉਸ ਗਰੁੱਪ ਚੋਂ ਜੀ ਜੋ ਕਿਹੜੀ ਜਾਂਦੀ ਉਹ ਡਿਸਾਈਡ ਹੋਏਗਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਔਰ ਕੈਨੇਡਾ ਬਾਹਰ ਹੋ ਗਿਆ ਕੱਲ ਜਰਮਨੀ ਵੀ ਬਾਹਰ ਹੋ ਗਿਆ ਇਹ ਕੱਲ ਜਰਮਨੀ ਨਾਲ ਵੀ ਧੱਕਾ ਹੀ ਹੋਇਆ ਵਿਚਾਰਿਆਂ ਨਾਲ ਮੈਚ ਹਾਲਾਂਕਿ ਜਿੱਤ ਗਏ ਸੀ ਕੱਲ ਦਾ ਕੋਸਟਾਰੀਕਾ ਨਾਲ ਪਰ ਗੋਲ ਐਵਰੇਜ ਦੇ ਹਿਸਾਬ ਨਾਲ ਔਰ ਇਹਦਾ ਕੰਟਰੋਵਰਸ਼ੀਅਲ ਗੋਲ ਹੋਇਆ ਜਾਪਾਨ ਦਾ ਉਹਦੇ ਕਰਕੇ ਉਹਦਾ ਨੁਕਸਾਨ ਹੋਇਆ ਜਰਮਨੀ ਨੂੰ ਫਾਇਦਾ ਹੋਇਆ ਜਾਪਾਨ ਨੂੰ